ਬੁੱਕਸ ਲਿਆਂਦੀਆਂ ਨਵੀਆਂ ਮੈਂ ਤੇਰੇ ਵਾਸਤੇ। ਹੁਣ ਸਕੂਲ ਵੀ ਜਾਣਾ ਪਿਆ ਕਰਨਾ ਮੇਰੇ ਪੁੱਤ ਨੂੰ। ਆ ਵੇਖੋ ਸੋਹਣੀਆਂ ਆ, ਸਾਰੀਆਂ ਬੁੱਕਸ ਲੈਣਤੀਆਂ ਮੈਂ ਆਪਣੀ ਧੀ ਦੀਆਂ। ਹਾਂ ਦੇਖੋ ਸੋਹਣੀਆਂ ਆ ਨਾ। ਲਿਆ ਮੇਰੇ ਪੁੱਤ ਨੂੰ ਯੂਨੀਫਾਰਮ ਪਾ ਕੇ ਵੇਖੀਏ। ਆ ਫੜੋ ਤੁਸੀਂ ਸਟਿੱਕਰ ਫੜੋ, ਇੱਕ ਵਾਰ ਵੇਖ ਲਈਏ ਪਾ ਕੇ ਯੂਨੀਫਾਰਮ ਕਿਵੇਂ ਦਾ ਲੱਗਦਾ ਮੇਰਾ ਸੋਹਣਾ। ਆ ਪਾਓ ਪਾਓ ਪੁੱਤ ਪਾਓ। ਹਾਂਜੀ ਇੱਦਾਂ ਪਾਓ। ਸੋਹਣੀ ਲੱਗੀ ਆ ਪੁੱਤ, ਅਜੇ ਤਾਂ ਪਾਈ ਵੀ ਨਹੀਂ ਆ ਤੇ ਸੋਹਣੀ ਕਿੱਥੋਂ ਲੱਗੀ ਆ। ਸੋਹਣੀ ਲੱਗੀ ਆ, ਇੱਧਰ 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 ਹੋ ਮੇਰਾ ਪੁੱਤ, ਬਟਨ ਇੱਧਰ ਨੂੰ ਆਉਣੇ ਆ। ਚਲ ਕੋਈ ਨੀ ਵੇਖਦੇ ਆ ਪਾ ਕੇ। ਕਿਹੜੇ ਵਾਲਾ ਪਾਉਣਾ ਹੈ, ਰੈੱਡ ਪਾਉਣਾ ਕਿ ਬਲੂ? ਬਲੂ ਬਲੂ ਠੀਕ ਆ, ਬਲੂ ਪਾਉਣਾ ਆ ਠੀਕ ਆ। ਚਲੋ ਵਾਹ ਕਿੰਨੀ, ਚਲ ਆ ਪਾਓ, ਚਲ ਆ ਪਾਓ ਇਧਰ ਨਹੀਂ। ਸ਼ਾਬਾਸ਼, ਇਧਰ ਨਹੀਂ ਪਾਓ। ਵਾਓ ਸ਼ਾਬਾਸ਼ ਸ਼ਾਬਾਸ਼, ਵਾਹ ਕਿੰਨਾ ਸੋਹਣਾ ਹੈ, ਕਿੰਨੀ ਸੋਹਣੀ ਲੱਗੀ ਆ। ਸੋਹਣੀ ਲੱਗੀ ਆ, ਇਹ ਮੈਨੂੰ ਲੱਗਦਾ ਵੀ ਸਕਲਟ ਜਿਹੜੀ ਆ ਨਾ ਵਿੱਚ ਦੇਣੀ ਪੈਣੀ ਆ, ਹੈ ਨਾ। ਇੱਧਰ ਨੂੰ ਇੱਧਰ ਨੂੰ ਪੁੱਤ, ਇੱਧਰ ਨੂੰ ਇੱਧਰ ਨੂੰ ਪਾਪਾ ਵੱਲ, ਇੱਧਰ ਨੂੰ। ਅੱਛਾ ਵਿੱਚ ਦੇਣੀ ਪੈਣੀ ਹੈ ਨਾ। ਲੈ ਹਾਂ ਪੁੱਤ ਮੇਰਾ ਹੋ ਗਿਆ ਨਾ ਰੈਡੀ, ਮੈਂ ਕਿਹਾ ਚੱਲ ਟਰਾਈ ਕਰਕੇ ਵੇਖ ਲਈਏ, ਸਵੇਰੇ ਪਹਿਲੇ ਦਿਨ ਜਾਣਾ ਕਿਤੇ ਲੇਟ ਹੀ ਨਾ ਹੋ ਜਾਏ ਕਿਤੇ। ਪਰ ਆ ਹੁਣ ਰੀਬਨ ਕਿੱਦਾਂ ਪਾਉਣੇ ਆ, ਚੱਲ ਬਹਿ ਫਿਰ ਆ ਵੀ ਟਰਾਈ ਕਰਕੇ ਵੇਖ ਲੈਂਦੇ ਅੱਜ, ਹੈ ਜੇ ਤਾਂ ਪੈ ਜਾਣਗੇ ਠੀਕ ਆ, ਨਹੀਂ ਤਾਂ ਫਿਰ ਭਾਬੀ ਨੂੰ ਲਿਆਊਂਗਾ ਆਵਾਜ਼ ਮਾਰ ਕੇ। ਜੇ ਤਾਂ ਮੈਨੂੰ ਚੱਲਦਾ ਕੱਟਣਾ ਪੈਣਾ ਵਾ ਤੇ ਦੋ ਬਣਾ ਲਈਏ ਕੱਟ ਕੇ। ਲੈ ਪ੍ਰਾਹੁਣੇ ਆ ਗਏ ਓ, ਹੈ ਆਜੋ ਆਜੋ।
ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਜੀ? ਠੀਕ ਆ ਜੀ। ਅੱਜ ਬੜਾ ਡਾਕਾ ਮਾਰਿਆ ਜੇ ਹੈ, ਅੱਗਰ ਪਿੱਛੜ ਗੱਡੀਆਂ। ਸਤਿ ਸ਼੍ਰੀ ਅਕਾਲ, ਕੀ ਹਾਲ ਜੀ? ਆ ਜਾ ਆ ਜਾ, ਕੀ ਹਾਲ ਜੀ? ਵਧੀਆ। ਓਏ ਆ ਜਾ ਆ ਜਾ, ਦਸਤਾਰ ਬੜੀ ਸੋਹਣੀ ਬੰਨੀ ਆ। ਤੂੰ ਯਾਰ ਰਿਬਨ ਫੜੀ ਫਿਰਨ ਡੇ ਜੇ? ਓਏ ਆ ਜਾ, ਦੱਸਦਾ ਆ। ਹਾਂ ਹਾਂ, ਏ ਇਹਨੂੰ ਵਿਚਾਰੀ ਨੂੰ ਦਿਨੇ ਦੇ ਪਹਿਰੇ ਤਿਆਰ ਕਰਕੇ ਬਿਠਾਇਆ ਵਾ। ਤਿਆਰ ਇਹਨੂੰ ਕੀ ਕਰਦਾ? ਪਾਪੀ ਸਕੂਲ ਚੱਲ ਉੱਪਰ ਕਰ ਬਾਵਾਂ, ਮੈਂ ਕਿਹਾ ਲਾ ਦਈਏ ਸਵੇਰੇ, ਗੰਦੀ ਨਾ ਹੋ ਜੇ ਵਿਚਾਰੀ ਨੇ ਜਾਣਾ। ਹੋਰ ਆ ਚੁੱਕ ਕੇ ਰੱਖਦਾ ਉਧਰ ਸਾਰਾ ਸਮਾਨ। ਆ ਮੇਰੇ ਵਿੱਚ ਪਾਤੇ ਜੇ। ਠੀਕ ਆ। ਓਏ ਬੜੇ ਲਲਕਾਰੇ ਮਾਰਦਾ ਆ, ਜੰਮਦੇ ਆ ਲਲਕਾਰੇ। ਹੈ ਮਾਰ ਦੇ ਫੇਰ ਇੱਕ ਵਾਰੀ। ਬੜੀਆਂ ਬੜਕਾ ਮਾਰਦਾ ਆਪਣੀ ਭੂਆ ਨੂੰ ਆ। ਓਏ ਕੰਮ ਡਿਆ ਪੂਰੇ ਜ਼ੋਰਾਂ ਸ਼ੋਰਾਂ ਤੇ ਚੱਲਣਾ ਹੈ। ਹਾਂਜੀ ਹਾਂਜੀ, ਕੰਮ ਪੂਰੇ ਜ਼ੋਰਾਂ ਤੇ ਆ ਕੇ, ਲੱਕੜਾਂ ਵਾਲੇ ਮਿਸਤਰੀ ਵੀ ਲੱਗੇ ਆ ਤੇ ਟੈਲਾਂ ਵਾਲੇ ਵੀ ਲੱਗੇ ਆ, ਸੋਖਣਾ ਤੇ ਰਾਜ ਮਿਸਤਰੀ ਵੀ ਲੱਗੇ ਆ। ਚਲੋ ਵੀ ਆ ਤੇ ਬਹੁਤ ਵਧੀਆ ਹੈ, ਸਪੀਡੋ ਸਪੀਡੀ ਕੰਮ ਡਏ ਨੇ ਬੜਨ। ਆਹੋ ਤੇ ਹੋਰ ਕੀ, ਤੇ ਇੰਨਾ ਸਰਦਾ ਕਿਦਾਂ ਕੰਮ ਦਾ? ਸਰਦਾ ਆਂਟੀ ਹੈਗੇ ਆ, ਉਹ ਕੰਮ ਕਰ ਕਰਦੇ ਆ ਸਾਰਾ। ਆਂਟੀ ਜੀ ਪਾਣੀ ਲਿਆਇਓ। ਠੀਕ ਆ, ਆ ਵੇਖੋ ਆਂਟੀ ਮਿਲੋ ਨਾਲੇ, ਆਂਟੀ ਦੇ ਸਿਰ ਤੇ ਹੀ ਆ ਸਾਰਾ ਕੰਮ। ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹੋਰ ਸੁਣਾ, ਪਰਿਵਾਰ ਸਭ ਠੀਕ ਠਾਕ? ਬਸ ਸਭ ਵਧੀਆ, ਸਭ ਵਧੀਆ। ਆਂਟੀ ਜੀ ਹੁਣ ਚਾਹ ਪਿਆ ਲਓ, ਇਹਨਾਂ ਸਾਰਿਆਂ ਨੂੰ ਬਣਾ ਗਿਆ ਵਧੀਆ ਜੀ। ਠੀਕ ਆ ਜੀ, ਕਾਨੇ ਗੜਵੀ। ਹਾਂਜੀ ਕਿਦਾਂ? ਆ ਤੁਸੀਂ ਝੱਟ ਮਿੰਟੋ ਮਿੰਟ ਵਰਦੀਆਂ ਜੋੜ ਕੇ ਸਾਂਭਦੀਆਂ, ਮੈਨੂੰ ਮੇਰਾ ਘੰਟਾ ਲੱਗ ਜਾਣਾ ਸੀ। ਇਦਾਂ ਹੀ ਆ ਜਨਾਨੀਆਂ ਨੂੰ ਫਿਰ ਤਰੀਕਾ ਹੁੰਦਾ ਵਾ ਘਰ ਦੇ ਕੰਮ ਕਾਜ ਕਰਨ ਦਾ। ਵਾਕਿਆ ਇਹ ਗੱਲ ਤਾਂ ਤੁਹਾਡੀ ਸਹੀ ਆ, ਇਹ ਤਾਂ ਮੇਰੇ ਵੱਲ ਵੇਖ ਲਓ, ਵਰਦੀਆਂ ਲਿਆ ਕੇ ਪਹਿਲਾਂ ਟਰਾਈ ਕਰਨ ਡਿਆ ਵਾ ਕਿ ਸਵੇਰੇ। ਚਲੋ ਕੋਈ ਨੀ, ਮੈਂ ਗੁੱਤਾ ਕਰਕੇ ਵੇਖਣੀ ਆ ਕਿ ਰਿਬਨ ਪਾਉਣੇ ਆਉਂਦੇ ਵੀ ਆ ਕਿ ਨਹੀਂ। ਜੇ ਤਾਂ ਹੋ ਜਾਂਦੀ ਠੀਕ ਆ, ਨਹੀਂ ਤਾਂ ਫਿਰ ਮੈਂ ਸਵੇਰੇ ਭਾਬੀ ਨੂੰ ਕਹਿਣਾ ਕਿ ਭਾਬੀ ਇਹਦੀ ਆ ਕੇ ਸਿਰ ਸੁਰ ਵਾਜ ਜਿਓ। ਚਲ ਜਾਓ। ਕੋਈ ਨੀ ਭਾਜੀ, ਟੈਨਸ਼ਨ ਨਾ ਲਓ ਤੁਸੀਂ ਹੁਣ ਇਹਨਾਂ ਕੰਮਾਂ ਦੀ, ਹੁਣ ਨਹੀਂ ਤੁਹਾਨੂੰ ਇਹ ਕੰਮ ਕਰਨੇ ਪੈਣੇ। ਕਿਉਂ, ਹੁਣ ਕਿਉਂ ਨਹੀਂ ਕਰਨੇ ਪੈਣੇ? ਹੁਣ ਕੀ ਹੋ ਗਿਆ ਵਾ, ਕਿਤੇ ਮੇਰਾ ਦੂਜਾ ਵਿਆਹ ਕਰਨ ਬਾਰੇ ਨਹੀਂ ਸੋਚਣੇ? ਇਦਾਂ ਦੇ ਸੁਪਨੇ ਨਾ ਵੇਖੋ, ਮਹਾਰਾਜ ਪਹਿਲੇ ਵਿਆਹ ਨੂੰ ਸੁੱਖ ਸੁੱਖਾਂ ਦੇ ਨਾਲ ਕਾਮਯਾਬੀ ਦੇਵੇ ਤੁਹਾਡੇ। ਨਹੀਂ ਸੁਪਨੇ ਤੇ ਨਹੀਂ ਮੈਂ ਵੇਂਦਾ, ਜੇ ਮੈਂ ਸੁਪਨੇ ਵੇਖਦਾ ਹੁੰਦਾ ਤਾਂ ਉਹਨੂੰ ਕਰਾ ਲਿਆ ਹੁੰਦਾ, ਜਿੰਨਾ ਚਿਰ ਹੋ ਗਿਆ ਇਹਦੀ ਮਾਂ ਗਈ ਨੂੰ। ਚਲੋ ਹੁਣ ਬਥੇਰਾ ਟਾਈਮ ਲੰਘ ਗਿਆ ਵਾ ਤੇ ਬੜਾ ਕੁਛ ਹੋ ਚੁੱਕਿਆ ਵਾ ਪਿਛਲੇ ਸਮੇਂ ਦੇ ਵਿੱਚ, ਬੜੇ ਉਤਰਾਅ ਚੜਾਅ ਆਏ ਆ ਜ਼ਿੰਦਗੀ ਦੇ ਵਿੱਚ, ਬਹੁਤ ਕੁਛ ਹੋਇਆ ਵਾ, ਪਰ ਹੁਣ ਇੱਦਾਂ ਕਰੀਏ ਅਗਲੀ ਜ਼ਿੰਦਗੀ ਬਾਰੇ ਸੋਚੀਏ। ਸਿਆਣੇ ਬਣੀਆਂ ਹੁਣ ਭਾਜੀ, ਅਸੀਂ ਤਾਂ ਅੱਗੇ ਹੀ ਸਿਆਣੇ ਆ, ਹੁਣ ਇਹ ਤੋਂ ਵੱਧ ਹੋਰ ਸਿਆਣੇ ਕਿੰਨੇ ਕੁ ਬਣਨਾ ਜੀ? ਨਹੀਂ ਹਲੇ ਥੋੜੇ ਜਿਹੇ ਹੋਰ ਸਿਆਣੇ ਬਣੀਏ, ਕੰਮਾਂ ਤੋਂ ਵੀ ਸਿਆਣੇ ਬਣੀਏ ਥੋੜੇ ਜਿਹੇ ਹੋਰ। ਨਹੀਂ ਡਾਂ, ਤੁਸੀਂ ਕਹਿਣਾ ਕੀ ਚਾਹੁੰਦੇ ਜੇ? ਜਿਹੜੀ ਵੀ ਗੱਲਬਾਤ ਹੈਗੀ ਖੁੱਲ੍ਹ ਕੇ ਦੱਸੋ, ਖੁੱਲ੍ਹ ਕੇ ਕਰੋ, ਕੋਈ ਗੱਲ ਨਹੀਂ। ਤੁਸੀਂ ਦੱਸੋ। ਕੀ ਦੱਸਾਂ ਯਾਰ, ਮੈਨੂੰ ਤਾਂ ਆਪ ਅਜੇ ਤਾਜ਼ਾ ਤਾਜ਼ਾ ਇਹ ਸਮਝਾ ਕੇ ਆਏ ਆ
ਤੇ ਮੈਂ ਹੁਣ ਅੱਗੇ ਆਣ ਕੇ ਸਮਝਾਉਂਦਾ ਚੰਗਾ ਤਾਂ ਲੱਗਦਾ ਨਹੀਂ। ਗੱਲ ਇੱਦਾਂ ਵਾ ਵੀ ਉੱਥੇ ਉਹਨਾਂ ਮਾਵਾਂ ਧੀਆਂ ਦਾ ਹੁਣ ਬਹੁਤ ਮੰਦਾ ਹਾਲ ਆ, ਮੰਮੀ ਬਹੁਤ ਬਿਮਾਰ ਆ ਅਤੇ ਪ੍ਰੀਤ ਵੀ ਹੁਣ ਅੱਕੀ ਫਿਰਨ ਡਈ ਆ। ਇਹਨਾਂ ਨੂੰ ਮਿਲੇ ਸੀ ਕਿਤੇ ਹਸਪਤਾਲ ਅਤੇ ਕਾਫੀ ਹਾਲਤ ਖਰਾਬ ਆ ਹੁਣ ਮੰਮੀ ਦੀ, ਬਿਮਾਰ ਵੀ ਨੇ ਅਤੇ ਉੱਤੋਂ ਆਪਣੀਆਂ ਗਲਤੀਆਂ ਦਾ ਅਹਿਸਾਸ ਵੀ ਆ। ਅਤੇ ਪਹਿਲਾਂ ਤਾਂ ਇਹ ਗਏ ਸੀ ਘਰ, ਕਹਿੰਦੇ ਵੀ ਚਲੋ ਜਾ ਕੇ ਆਪਾਂ ਸਿੱਧਾ ਹੀ ਪਿੰਡ ਜਾਈਏ, ਮੰਮੀ ਦਾ ਹਾਲ ਚਾਲ ਪੁੱਛੀਏ ਜਾ ਕੇ ਕੀ ਹਿਸਾਬ ਕਿਤਾਬ ਉਹਨਾਂ ਦਾ। ਫਿਰ ਅਸੀਂ ਸੋਚਿਆ ਕਿ ਨਹੀਂ, ਜੇ ਹੁਣ ਕੋਈ ਗੱਲ ਕਰਨੀ ਆ ਨਾ ਤਾਂ ਸਾਡੇ ਇਕੱਲਿਆਂ ਨਾਲ ਨਹੀਂ, ਜਿੱਦਾਂ ਦਾ ਘਰ ਸਾਡਾ ਖਰਾਬ ਹੋਣ ਡਿਆ ਉੱਦਾਂ ਦਾ ਹੀ ਤੁਹਾਡਾ ਵੀ ਹੋਣ ਡਿਆ ਵਾ, ਅਤੇ ਤੁਸੀਂ ਵਿੱਚ ਬਰਾਬਰ ਦੇ ਹਿੱਸੇਦਾਰ ਜੇ, ਤੁਹਾਨੂੰ ਵੀ ਜਾਣਾ ਚਾਹੀਦਾ ਨਾਲ। ਇਸ ਕਰਕੇ ਹੁਣ ਅਸੀਂ ਤੁਹਾਡੇ ਵੱਲ ਆਏ ਹਾਂ ਕਿ ਚਲੋ ਤੁਸੀਂ ਵੀ ਨਾਲ ਅਤੇ ਜਾ ਕੇ ਉੱਥੇ ਕਰੀਏ ਕੋਈ ਗੱਲਬਾਤ। ਚਲੋ ਦੂਰੀਆਂ ਪੈਂਦੀਆਂ ਪੈਂਦੀਆਂ ਫਿਰ ਇੱਦਾਂ ਜ਼ਿਆਦਾ ਹੀ ਪੈ ਜਾਂਦੀਆਂ ਨੇ। ਬਾਕੀ ਜ਼ਿੰਦਗੀ ਰੁਕਦੀ ਨਹੀਂ ਆ ਕਿਸੇ ਦੇ ਵੀ ਨਾ ਆਇਆ, ਜ਼ਿੰਦਗੀ ਤਾਂ ਚੱਲਦੀ ਰਹਿੰਦੀ ਹੈ, ਚੰਗਿਆ ਮਾੜਾ ਟਾਈਮ ਨਿਕਲ ਹੀ ਜਾਂਦਾ, ਰੋਟੀ ਤਾਂ ਹਰ ਕੋਈ ਖਾ ਕੇ ਸੌਂਦਾ। ਚਲੋ ਹੁਣ ਉਹਦਾ ਵੀ ਵਹਿਮ ਨਿਕਲ ਗਿਆ ਅਤੇ ਮੰਮੀ ਦਾ ਵੀ ਥੋੜ੍ਹਾ ਜਿਹਾ ਸੁਭਾਅ ਦਾ ਹੁਣ ਕਹਿੰਦੇ ਆ ਫਰਕ ਪਿਆ ਵਾ। ਉਹ ਬਾਕੀ ਇਹ ਆ ਜਿੰਨਾ ਚਿਰ ਜੀਂਦੇ ਜਾਗਦੇ ਹਾਂ ਉਹਨਾਂ ਚਿਰ ਇਹੋ ਜਿਹੇ ਉਤਾਰ ਚੜਾਅ ਆਉਂਦੇ ਰਹਿਣੇ ਆ ਜ਼ਿੰਦਗੀ ਦੇ ਵਿੱਚ। ਬਾਕੀ ਇਹ ਜ਼ਿੰਦਗੀ ਦੇ ਕੌੜੇ ਮਿੱਠੇ ਅਹਿਸਾਸ ਨੇ, ਇਹਨਾਂ ਨਾਲ ਸਾਨੂੰ ਚੱਲਣਾ ਹੀ ਪੈਣਾ, ਜ਼ਿੰਦਗੀ ਦੇ ਵਿੱਚ ਸਾਰਾ ਕੁਛ ਹੀ ਹੋਣਾ ਜ਼ਰੂਰੀ ਆ। ਚਲੋ ਜੇ ਉਹਨਾਂ ਨੇ ਹੁਣ ਗਲਤੀਆਂ ਕੀਤੀਆਂ ਤਾਂ ਹੁਣ ਭੁਗਤਣ ਵੀ ਤਾਂ ਡਈਆਂ ਨਾ, ਅਸੀਂ ਚਾਰ ਜਣੇ ਇੱਥੇ ਬੈਠੇ ਹਾਂ, ਉਹ ਦੋ ਜਣੀਆਂ ਉੱਥੇ ਬੈਠੀਆਂ ਨੇ, ਅਤੇ ਇੰਨਾ ਲੰਮਾ ਟਾਈਮ ਹੋ ਗਿਆ ਵਾ, ਮੇਰੇ ਹਿਸਾਬ ਨਾਲ ਸਾਨੂੰ ਵੀ ਥੋੜ੍ਹਾ ਜਿਹਾ ਢਲਣਾ ਚਾਹੀਦਾ ਵਾ। ਜੇ ਤੁਸੀਂ ਸੱਚ ਪੁੱਛੋ ਨਾ ਤਾਂ ਮੈਂ ਆਪਣੇ ਮਨ ਨੂੰ ਇੰਨਾ ਕੁ ਮਜ਼ਬੂਤ ਕਰ ਲਿਆ ਕਿ ਹੁਣ ਮੈਨੂੰ ਇਕੱਲੇ ਰਹਿਣ ਦੀ ਆਦਤ ਪੈ ਗਈ ਆ। ਭਾਅ ਜੀ ਇਕੱਲਾ ਤੁਸੀਂ ਨਹੀਂ ਆਪਣੇ ਆਪ ਨੂੰ ਮਜ਼ਬੂਤ ਕੀਤਾ, ਇੱਥੇ ਅਸੀਂ ਜਿੰਨੇ ਜਣੇ ਵੀ ਬੈਠੇ ਹਾਂ ਨਾ ਸਾਰਿਆਂ ਨੇ ਮਜ਼ਬੂਤ ਕੀਤਾ, ਕੁਝ ਵਧੀਕੀਆਂ ਤਾਂ ਤੁਹਾਡੇ ਨਾਲ ਕੀਤੀਆਂ, ਸਾਡੇ ਨਾਲ ਵੀ ਕੀਤੀਆਂ ਅਤੇ ਇਹਨਾਂ ਨਾਲ ਵੀ ਕੀਤੀਆਂ। ਅਜੇ ਉਹਨਾਂ ਦਾ ਕੋਈ ਫੋਨ ਫਾਨ ਆਉਂਦਾ ਨਾ ਕਿ ਅਸੀਂ ਤੰਗ ਹਾਂ, ਅਸੀਂ ਬਿਮਾਰ ਹਾਂ, ਹੋ ਸਕਦਾ ਅਸੀਂ ਨਾ ਯਕੀਨ ਕਰਦੇ, ਪਰ ਇਹਨਾਂ ਦੋਵਾਂ ਜਾਣਿਆਂ ਨੇ ਤਾਂ ਉਹਨਾਂ ਨੂੰ ਆਪਣੀ ਅੱਖੀਂ ਵੇਖਿਆ, ਆਪਣੇ ਹੱਥੀਂ ਗੱਡੀ 'ਚ ਪਾ ਕੇ ਘਰ ਲੈ ਕੇ ਗਏ ਆ, ਅਤੇ ਚਲੋ ਇਹਨਾਂ ਦੇ ਉੱਤੇ ਤਾਂ ਅਸੀਂ ਯਕੀਨ ਕਰ ਹੀ ਸਕਦੇ ਹਾਂ। ਮੇਰੇ ਹਿਸਾਬ ਨਾਲ ਹੁਣ ਸਾਨੂੰ ਵੀ ਫਰਕ ਪਾਉਣਾ ਚਾਹੀਦਾ ਵਾ, ਦੇਖੋ ਸਹੀ ਇੱਕ ਵਾਰੀ ਜਾ ਕੇ। ਬਾਕੀ ਭਾਅ ਜੀ ਮੰਮੀ ਬਹੁਤ ਜ਼ਿਆਦਾ ਬਿਮਾਰ ਆ, ਦੱਸਣ ਡੇ ਵੀਰ ਜੀ ਅਤੇ ਭਾਬੀ ਜੀ ਵੀ ਇਹਨਾਂ ਨੇ ਉਹਨਾਂ ਦੀ ਹਾਲਤ ਵੇਖੀ ਆ, ਇਹਨਾਂ ਨੂੰ ਕਾਫੀ ਝਟਕਾ ਜਿਹਾ ਹੀ ਲੱਗਾ ਵੇਖ ਕੇ ਇੱਕਦਮ ਹੀ। ਮੰਮੀ ਇੱਕਦਮ ਹੋਣਾ ਹੀ ਆ, ਫਿਰ ਜਦੋਂ ਬੰਦਾ ਇਕੱਲਾ ਰਹਿ ਜਾਂਦਾ ਵਾ ਫਿਰ ਉਹ ਆਟੋਮੈਟਿਕ ਬਿਮਾਰ ਹੀ ਹੁੰਦਾ ਆ, ਹੋਰ ਹੋਣਾ ਵੀ ਕੀ ਆ, ਤੇ ਹੋਰ ਕੀ, ਇਕੱਲੇਪਨ ਦੇ ਵਿੱਚ ਤਾਂ ਸੋਚਾਂ ਹੀ ਖਾ ਜਾਂਦੀਆਂ ਨੇ। ਤੇ ਪ੍ਰੀਤ ਵੀ ਹੁਣ ਉਹਨਾਂ ਨੂੰ ਉਹਨੂੰ ਲਈ ਫਿਰਦੀ ਆ ਇਦਾਂ ਹੀ ਬੱਸਾਂ ਦੇ ਵਿੱਚ ਰਿਕਸ਼ਿਆਂ ਦੇ ਵਿੱਚ, ਤੇ ਤੁਹਾਨੂੰ ਪਤਾ ਹੀ ਆ ਬਿਮਾਰ ਬੰਦੇ ਦਾ ਇਲਾਜ ਕਰਾਉਣਾ ਕਿਹੜਾ ਸੌਖਾ ਹੁੰਦਾ ਆ। ਬਾਕੀ ਦੂਜੀ ਗੱਲ ਇਹ ਆਉਂਦੇ ਵੀ ਪ੍ਰੀਤ ਨੂੰ ਵੀ ਪਛਤਾਵਾ ਕਾਫੀ ਆ, ਸੱਚੇ ਮਨੋਂ ਉਹਨੇ ਜਿੱਦਾਂ ਨਾ ਆਪਣੀਆਂ ਗਲਤੀਆਂ ਮੰਨੀਆਂ ਆ, ਤੇ ਤੁਸੀਂ ਵੀ ਹੁਣ ਉਹਨੂੰ ਮਾਫ ਕਰ ਦਿਓ ਤੇ ਉਹਨੂੰ ਲੈ ਆਓ ਇੱਥੇ। ਚਲੋ ਮੈਂ ਇਕੱਲੇ ਨੇ ਉਹਨੂੰ ਕੀ ਮਾਫ ਕਰਨਾ ਆ, ਜੇ ਤੁਸੀਂ ਇੰਨੇ ਜਾਣੇ ਆਏ, ਜੇ ਤੁਸੀਂ ਸਾਰੇ ਜਾਣੇ ਕਹਿਣ ਡੇ, ਜੇ ਹਾਮੀ ਭਰ ਦੇ, ਜੇ ਕੋਈ ਗੱਲ ਨਹੀਂ ਮਾਫ ਕਰ ਦਿੰਦੇ ਆ। ਬਾਕੀ ਤੁਸੀਂ ਕਿਹਾ ਸੀ ਨਾ ਕਿ ਜਿੰਨਾ ਚਿਰ ਸੰਦੀਪ ਭਾਬੀ ਉਹ ਘਰ 'ਚ ਨਹੀਂ ਜਾਂਦੀ ਉਨਾ ਚਿਰ ਮੈਂ ਪ੍ਰੀਤੀ ਨੂੰ ਇੱਥੇ ਨਹੀਂ ਲੈ ਕੇ ਆਉਣਾ, ਤੇ ਹੁਣ ਜਦੋਂ ਅਸੀਂ ਜਾਣ ਵਾਸਤੇ ਰਾਜ਼ੀ ਹਾਂ ਤੇ ਤੁਸੀਂ ਵੀ ਪ੍ਰੀਤ ਨੂੰ ਇੱਥੇ ਲੈ ਆਓ, ਉਹ ਆਪਣੇ ਘਰ ਵਸੇਗੀ। ਸਮੇਂ ਦਾ ਪਤਾ ਨਹੀਂ ਆ ਕਿੱਦਾਂ ਦਾ ਕੋਈ ਰੰਗ ਵਿਖਾਲਦੇ ਸਮਾਂ, ਮੁੜ ਕੇ ਫਿਰ ਅਸੀਂ ਹੱਥਾਂ ਨੂੰ ਦੰਦੀਆਂ ਵੱਢਿਆ ਕਰਨੀਆਂ ਵੀ ਉਦੋਂ ਆਹ ਕੰਮ ਕੀਤਾ ਹੁੰਦਾ ਤੇ ਯਾਰ ਅੱਜ ਆਹ ਦਿਨ ਨਾ ਵੇਖਣੇ ਪੈਂਦੇ। ਬਾਕੀ ਸਾਰਾ ਕੁਛ ਉੱਪਰ ਵਾਲੇ ਦੇ ਹੱਥ ਦੇ ਵਿੱਚ ਆ, ਸਾਡੇ ਕੀਤਿਆਂ 'ਤੇ ਕੁਛ ਨਹੀਂ ਹੋਣਾ, ਪਰ ਕਮ ਸੇ ਕਮ ਪਛਤਾਵੇ ਤੋਂ ਤਾਂ ਬਚਾਂਗੇ। ਨਾਲੇ ਜੋ ਮਰਜ਼ੀ ਵੀ ਆ ਫਿਰ ਵੀ ਸਾਡੀ ਮਾਂ ਵਾ, ਸਾਡਾ ਫਰਜ਼ ਬਣਦਾ ਵੀ ਇਹੋ ਜਿਹੇ ਦੁੱਖ ਵਿੱਚ ਨਾ ਉਹਦਾ ਸਾਥ ਦੇਈਏ। ਨਹੀਂ ਉਹ ਤਾਂ ਹੈ ਹੀ ਆ, ਬਜ਼ੁਰਗਾਂ ਦੀ ਸੇਵਾ ਕਰਨ ਦਾ ਉਹਨਾਂ ਨੂੰ ਵੇਖਣ ਦਾ ਸਾਡਾ ਹੀ ਫਰਜ਼ ਬਣਦਾ ਆ, ਇਹ ਫਰਜ਼ ਸਾਨੂੰ ਨਹੀਂ ਭੱਜਣਾ ਚਾਹੀਦਾ। ਬਾਹਰ ਲੋਕਾਂ ਨੇ ਬਾਅਦ ਵਿੱਚ ਇਸੇ ਮੂੰਹ ਨਾਲ ਗੱਲਾਂ ਕਰਨੀਆਂ ਨੇ, ਹੁਣ ਜਿਹੜਾ ਆਂਢ ਗੁਆਂਢ ਕਹਿੰਦਾ ਨਾ ਕਿ ਆਪਣੇ ਨੂੰਹ ਪੁੱਤ ਦੇ ਨਾਲ ਧੱਕਾ ਕਰਦੀ ਰਹੀ ਆ,
ਮੁੜ ਕੇ ਉਸੇ ਆਂਢ ਗੁਆਂਢ ਨੇ ਇਸੇ ਮੂੰਹ ਨਾਲ ਹੀ ਆਖਣ ਡਿਆ ਭੈਣਾ ਵਾ ਤੇ ਪੁੱਤ ਦਾ ਫਰਜ਼ ਨਹੀਂ ਬਣਦਾ ਇੱਥੇ ਆਉਣ ਦਾ ਇਹਨੂੰ ਆਉਣਾ ਚਾਹੀਦਾ ਸੀ ਨਾਲੇ ਜੋ ਮਰਜ਼ੀ ਆ ਪੁੱਤ ਕਪੁੱਤ ਹੋ ਜਾਂਦੇ ਨੇ ਮਾਪੇ ਕਮਾਪੇ ਨਹੀਂ ਹੁੰਦੇ ਬਾਕੀ ਭਾਅ ਜੀ ਬਜ਼ੁਰਗ ਜਿੰਨੀ ਮਰਜ਼ੀ ਗਲਤੀ ਕਰ ਲੈਣ ਨਾ ਪਰ ਦੁਨੀਆ ਇਹੋ ਜਿਹੇ ਟਾਈਮ ਤੇ ਨਾ ਨੂੰਹ ਪੁੱਤ ਦੀ ਗਲਤੀ ਕੱਢਦੀ ਆ ਬਜ਼ੁਰਗਾਂ ਨੇ ਕਦੀ ਨਹੀਂ ਕਿਸੇ ਨੇ ਆਖਣਾ ਵੀ ਉਹ ਗਲਤ ਸੀ ਇਹੋ ਹੀ ਆਖਣਾ ਵੀ ਬੱਚੇ ਗਲਤ ਵਾ ਗਲਤ ਤੁਹਾਡੀ ਠੀਕ ਆ ਪਰ ਮੈਂ ਤਾਂ ਕਹਿੰਦਾ ਉੱਦਾਂ ਨਾ ਵਾਹਵਾ ਸ਼ਾਂਤੀ ਜੀ ਹੋਈ ਸੀ ਹੁਣ ਇੱਥੇ ਉਹ ਨਹੀਂ ਭਾਈ ਆ ਬਹੁਤੀ ਸ਼ਾਂਤੀ ਵੀ ਚੰਗੀ ਨਹੀਂ ਹੁੰਦੀ ਜਿਹੜੀ ਸ਼ਾਂਤੀ ਆ ਨਾ ਬਹੁਤੀ ਬੰਦੇ ਨੂੰ ਖਾ ਜਾਂਦੀ ਹੈ ਜੇ ਨਹੀਂ ਯਕੀਨ ਆ ਤੂੰ ਇਹਨਾਂ ਦੋਵਾਂ ਨੂੰ ਪੁੱਛ ਕੇ ਵੇਖ ਲਾ ਕੀ ਹਾਲ ਹੋਣ ਡਿਆ ਉਹਨਾਂ ਦਾ ਉਹ ਵੀ ਇਕੱਲਾ ਰਹਿਣਾ ਚਾਹੁੰਦੀਆਂ ਸੀ ਹਾਲ ਤਾਂ ਫਿਰ ਇਹਨਾਂ ਦਾ ਇਹੋ ਹੋਣਾ ਸੀ ਇਹ ਹਾਲ ਦੇ ਉਹ ਦੋਵੇਂ ਜਾਣੀਆਂ ਨਾ ਆਪ ਹੀ ਜ਼ਿੰਮੇਵਾਰ ਆ ਹੋਰ ਕੋਈ ਨਹੀਂ ਉਹ ਜ਼ਿੰਮੇਵਾਰ ਤਾਂ ਭਾਵੇਂ ਆਪ ਹੀ ਆ ਬਸ ਕਰੋ ਜੀ ਹੁਣ ਬਹੁਤ ਹੋ ਗਿਆ ਵਾ ਹੁਣ ਜਾ ਕੇ ਤੇ ਉਹਨਾਂ ਨੂੰ ਮਿਲੀਏ ਜਾ ਕੇ ਚਲੋ ਜੇ ਤੁਸੀਂ ਕਹਿੰਦੇ ਜਦੋਂ ਜਾ ਆਉਂਦੇ ਹਾਂ ਮਿਲ ਲੈਂਦੇ ਹਾਂ ਅਸੀਂ ਤਾਂ ਕਹਿ ਨਹੀਂ ਡਏ ਹਾਂ ਹੁਣ ਲੱਗਦਾ ਤੁਸੀਂ ਸਾਡੇ ਕੋਲ ਨੱਕ ਨਾਲ ਲੀਕਾਂ ਕਢਾ ਕੇ ਮੰਨਣਾ ਨਹੀਂ ਨਹੀਂ ਇਹੋ ਜਿਹਾ ਕੰਮ ਨਾ ਤਾਂ ਅੱਗੇ ਕਰਾਇਆ ਤਾਂ ਨਾ ਹੀ ਗਾਹ ਕਰਾਉਣਾ ਅਤੇ ਨਾ ਹੀ ਲੋੜ ਪਵੇ ਇਹੋ ਜਿਹੇ ਕੰਮ ਦੀ ਇਸੇ ਕਰਕੇ ਤਾਂ ਭਾਜੀ ਅਸੀਂ ਤੁਹਾਨੂੰ ਕਦੀ ਗਲਤ ਨਹੀਂ ਆਖਿਆ ਬੰਦੇ ਕਮਾਉਂਦੇ ਦਾ ਪਤਾ ਹੁੰਦਾ ਭਾਜੀ ਕਿੱਦਾਂ ਕਰਨਾ ਹੁਣ ਤੁਹਾਡਾ ਬੜਾ ਧੰਨਵਾਦ ਭਾਜੀ ਤੁਸੀਂ ਵੀ ਸਾਡਾ ਬੜਾ ਸਾਥ ਦਿੱਤਾ ਸੱਚ ਨੂੰ ਸੱਚ ਅਤੇ ਗਲਤ ਨੂੰ ਗਲਤ ਕਿਹਾ ਚਲੋ ਇਹ ਤਾਂ ਇੰਨਾ ਕੁ ਤਾਂ ਫਰਜ਼ ਹੁੰਦਾ ਜੀ ਆਪਣੇ ਭੈਣ ਭਰਾ ਦਾ ਜੇ ਸੱਚ ਦਾ ਸਾਥ ਨਹੀਂ ਦੇਣਾ ਤਾਂ ਫਿਰ ਕੀ ਫਾਇਦਾ ਆਪਣੇ ਭੈਣ ਭਰਾ ਹੋਏ ਦਾ ਹੈ ਝੂਠ ਦਾ ਤਾਂ ਸਾਰੇ ਸਾਥ ਦਿੰਦੇ ਆ ਪਰ ਜਿਹੜਾ ਟਾਈਮ ਚੱਲਣ ਡਿਆ ਨਾ ਜਿਹੜਾ ਸਮਾਂ ਚੱਲਣ ਡਿਆ ਸੱਚ ਦਾ ਸਾਥ ਕੋਈ ਕੋਈ ਦਿੰਦਾ ਇਹੋ ਜਿਹੇ ਸਮੇਂ ਦੇ ਵਿੱਚ ਬਿਲਕੁਲ ਸਹੀ ਕਿਹਾ ਤੁਸੀਂ ਨਹੀਂ ਤੇ ਜਿੱਦਾਂ ਮੰਮੀ ਤੇ ਪ੍ਰੀਤੀ ਕਰਦੀਆਂ ਹੁੰਦੀਆਂ ਸੀ ਸਾਡੇ ਤੋਂ ਚੋਰੀਆਂ ਭੜਦੇ ਇਹ ਵੀ ਆਖ ਦਿੰਦੇ ਕਿ ਚੱਲ ਮੈਨੂੰ ਕੀ ਆ ਹਨਾ ਨਾਲ ਉਹਨਾਂ ਦੇ ਤੁਰੇ ਜਾਂਦੇ ਜਿੱਦਾਂ ਦੇ ਫਿਰ ਕੰਮ ਖਰਾਬ ਸੀ ਬਾਕੀ ਜੇ ਤੁਸੀਂ ਸੱਚ ਦਾ ਸਾਥ ਦਿੰਦੇ ਰਹੇ ਆ ਨਾ ਤੇ ਮਹਾਰਾਜ ਨੇ ਵੀ ਕੋਈ ਥੋੜ ਨਹੀਂ ਰੱਖੀ ਤੁਹਾਨੂੰ ਦੇਣ ਲੱਗਿਆ ਇਹ ਤੇ ਗੱਲ ਹੈਗੀ ਆ ਚਲੋ ਇਹ ਤੇ ਮਿਹਨਤਾਂ ਨੂੰ ਕਹਿੰਦੇ ਹੁੰਦੇ ਫਲ ਲੱਗਦੇ ਆ ਤੇ ਸੱਚੀ ਨੀਤ ਨੂੰ ਚਲੋ ਹੁਣ ਕਿੱਦਾਂ ਕਰਨਾ ਫਿਰ ਚੱਲੀਏ ਫਿਰ ਚਾਹ ਪਾਣੀ ਤੇ ਪੀ ਲਓ ਉਹ ਨਾਲੇ ਉਹ ਮਿਹਰ ਲੈ ਗਈ ਮਾਰ ਉਹਨੂੰ ਸਾਹਿਬ ਨੂੰ ਉਹ ਵੇਖ ਲਓ ਉਹਨਾਂ ਦੀ ਜੋੜੀ ਭੈਣ ਭਰਾਵਾਂ ਦੀ ਬਣ ਨਹੀਂ ਗਈ ਆ ਦੋਵੇਂ ਜਣੇ ਖੇਡਣ ਦੇ ਉਹਨਾਂ ਦਾ ਕਰਦਾ ਵੀ ਇਹ ਗੱਲਾਂ 'ਚ ਲੱਗੇ ਆ ਤੇ ਚਲੋ ਉਹ ਸੜਕ ਤੇ ਚੱਲ ਗਏ ਆਂਟੀ ਜੀ ਬਣ ਗਈ ਚਾਹ ਅਜ ਕੁਰਸੀ ਮੜੀ ਮਗਰ ਮਗਰ ਲੋ ਤੇ ਉਧਰ ਵੇਖੋ ਉਹਨਾਂ ਵੱਲ ਉਹ ਮਹਾ ਲਿਆਂਦੇ ਫੜ ਕੇ ਤੁਹਾਡਾ ਤੇ ਸਾਹ ਨਹੀਂ ਲੈਣ ਲੱਗੇ ਸੀ ਆਹ ਤੇ ਪਹੁੰਚ ਗਈ ਉਹ ਪਿੰਡ ਦੇ ਦੂਜੇ ਪਾਸੇ ਫਿਰ ਫਿਰ ਦਾ ਲੈ ਕੇ ਆ ਜਾ ਉੱਥੇ ਆ ਜਾ ਇੱਥੇ ਬੈਠ ਜਾ ਇੱਥੇ ਹਾਂਜੀ ਹਾਂਜੀ ਆ ਟੇਬਲ ਚੰਨਾ ਆ ਲੋ ਫੜੋ ਬੱਚੇ ਚੀਜ਼ੀ ਖਾਓ ਆ ਚੀਜ਼ੀ ਕਿਨੇ ਦੇਤੀ ਆ ਹੂੰ ਤਾਂ ਉੱਥੇ ਗਿਆ ਕਮਾਂਡਰ ਨਾਲ ਸਲਾਈ ਪਈ ਸੀ ਜਾਂਦਿਆਂ ਨੂੰ ਆ ਲੋ ਆ ਲੋ ਆ ਲੋ ਉਹ ਨਮਕੀਨ ਦਾ ਸ਼ਕੀਨ ਆ ਨਮਕੀਨ ਦਾ ਸ਼ਕੀਨ ਆ ਹੂੰ ਉਹ ਮੇਰੇ ਵਾਂਗੂ ਮਿੱਠੇ ਦੀ ਸ਼ਕੀਨ ਆ ਇਹ ਤੁਹਾਡੇ ਵਾਂਗੂ ਨਮਕੀਨ ਦਾ ਸ਼ਕੀਨ ਆ ਚਲੋ ਆ ਲੋ ਖਾਓ ਬਰਤੀ ਕੋਈ ਨਹੀਂ ਆ ਲੈਣ ਤਾਂ ਚਾਹ ਚਾਹ ਆ ਲੰਦੋ ਵੱਡੇ ਖਾਏ ਦੇ ਚਾਹ ਹੀ ਆ ਜਾਣੀ ਆ ਕੋਈ ਗੱਲ ਨਹੀਂ ਅੰਦਰ ਚਿਰ ਮੈਂ ਮੂੰਹ ਮਾ ਮਾਰੋ ਕਵਲ ਫੜੋ ਉਸੇ ਤਾਂ ਦੀ ਬੋ ਕਰਨ ਡਿਆ ਜੇ ਓ ਇਧਰ ਆ ਜਾ ਓਏ ਇਹਨੂੰ ਡੋਲ ਦੇਣਾ ਸਾਰਾ ਕੁਝ ਨਿਆਣੇ ਸਤਾਨੀਆਂ ਕਰਦੇ ਚੰਗੇ ਲੱਗਦੇ ਆ ਤੇ ਚਾਹ ਜੀ ਚਾਹ ਲੈ ਲਓ ਉਹ ਨਿਆਣੇ ਕਹਦਾ ਜਿਹੜਾ ਸਤਾਨੀਆਂ ਕਰਦੇ ਹਾਏ 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 ਪਰ ਚਾਹ ਦੇ ਵਿੱਚ ਹੱਥ ਨਾ ਨਾ ਪਾ ਲੈਣ ਗਰਮ ਚਾਹ ਫੜ ਲਓ ਚਾਹ ਨਹੀਂ ਫੜ ਕੇ ਰੱਖਿਓ ਆ ਲਓ ਫੜੋ ਭਾਜੀ ਚਾਹ ਫੜੋ ਆ ਫੜੋ ਬੱਬੀ ਫੜ ਲਓ ਆਪੋ ਆਪਣੀ ਚਾਹ ਹੈ ਫੜ ਲਓ ਇਧਰ ਚਾਹ ਤੁਸੀਂ ਗੁਰਬੀਰ ਤੁਸੀਂ ਇੱਥੇ ਆ ਜਾ ਪਿੱਛੇ ਆ ਇੱਕ ਕੱਪ ਵੱਧ ਆ ਗਿਆ ਜੇ ਤੁਸੀਂ ਨਹੀਂ ਖਾਣੀ ਅਸੀਂ ਜਾਂਦੇ ਦੱਸ ਖਾਣੀ ਨਹੀਂ ਦੱਸੋ ਨਹੀਂ ਨਹੀਂ ਖਾਵਾਂਗੇ ਸੌਂਡ ਕੱਪ ਹੋਣ ਡਿਆ ਹਾਂ ਚਲੋ ਕੋਈ ਗੱਲ ਨਹੀਂ ਤੁਸੀਂ ਬਿਜੀ ਜੇ ਜੀ ਨਾਲੇ ਹੁਣ ਨਾ
ਥੋੜੇ ਟਾਈਮ ਤੱਕ ਗੁਰਮੇਰ ਦਾ ਫਿਰ ਬਰਥਡੇ ਆਉਣ ਵਾਲਾ ਆ। ਫਿਰ ਬਰਥਡੇ ਆਉਣ ਵਾਲੇ ਦਾ ਕੀ ਮਤਲਬ? ਫਿਰ ਬਰਥਡੇ ਆਉਣ ਵਾਲੇ ਦਾ ਮਤਲਬ ਇਹ ਕਿ ਇਹਦਾ ਬਰਥਡੇ ਮਨਾਇਆ ਸੀ ਉਦੋਂ ਤੋਂ ਪੰਗਾ ਚੱਲਦਾ ਆਉਣ ਡਿਆ, ਹੁਣ ਤਾਂ ਮੇਰਾ ਦਿਲ ਇਹ ਕਰ ਡਿਆ ਵਾ ਕਿ ਮਨਾਵਾਂਗੇ ਨਾ ਮਨਾਵਾਂ। ਨਹੀਂ ਨਹੀਂ ਸੁਖੀ ਸਾਂਦੀ ਤੁਸੀਂ ਇੱਦਾਂ ਕਹਿੰਦੇ ਜੇ ਬਰਥਡੇ ਮਨਾਉਂਦੇ ਆ ਤੇ ਜੇ ਪੰਗਾ ਉਦੋਂ ਦਾ ਸ਼ੁਰੂ ਹੋਇਆ ਨਾ ਤੇ ਪੰਗਾ ਹੁਣ ਕਦਮ ਬਰਥਡੇ ਤਾਂ ਹੀ ਹੁਣ ਆਇਆ। ਮੈਨੂੰ ਵੀ ਇਹ ਲੱਗਣ ਡਿਆ। ਚਲੋ ਕੋਈ ਨੀ, ਚਲੋ ਚਲੋ ਫਿਰ ਜੇ ਹੁਣੇ ਜਾਣਾ ਵਾ ਤੇ ਫਿਰ ਨਿਕਲੀਏ ਟਾਈਮ ਨਾਲ। ਚਾਹ ਪੀ ਲਈਏ। ਬਸ ਚਾਹ ਰੱਖ ਲਓ ਅੰਦਰ, ਰੱਖ ਲਓ, ਇੰਨੀ ਗਰਮ ਨਹੀਂ ਰੱਖੀ ਜਾਣੀ, ਇਹਦਾ ਠੰਡੀ ਕਰਕੇ ਰੱਖਾਂਗੇ। ਆ ਲੈ ਲਓ, ਹੋਰ ਲੈ ਲਓ, ਮੈਂ ਕਰ ਲਾਂ ਫਿਰ ਗੁਰਮੇਰ ਨੂੰ ਤਿਆਰ ਤੇ ਫਿਰ ਚੱਲਦੇ ਆ। ਨਹੀਂ ਤੁਸੀਂ ਗੁਰਮੇਰ ਨੂੰ ਰਹਿਣ ਦਿਓ, ਤੁਸੀਂ ਆਪ ਤਿਆਰ ਹੋਵੋ, ਗੁਰਮੇਰ ਨੂੰ ਮੈਂ ਤਿਆਰ ਕਰ ਦਿੰਦੀ ਹਾਂ। ਚਲੋ ਗੁਰਮੇਰ ਦੇ ਮੈਨੂੰ ਕੱਪੜੇ ਦੇ ਦਿਓ, ਕਿੱਥੇ ਆ? ਗੁਰਮੇਰ ਦੇ ਆ ਬਾਰੀ ਚ ਕੱਪੜੇ, ਇੱਧਰ ਔਰਲੀ ਬਾਰੀ ਖੋਲਿਓ, ਉੱਪਰੋਂ ਇੱਥੇ ਪਏ ਹੈ। ਠੀਕ ਆ। ਕੀ ਗੱਲ ਆ, ਲੈ ਦੱਸ ਤੇਰੀ ਮਾਂ ਨੂੰ ਲੈ ਚੱਲੇ ਉਧਰ ਹੋਈ ਜਾਂਦੀ। ਮਾਰਿਆ? ਉਹ ਝੂਠ ਨੀ ਬੋਲਦੀ, ਸੱਚ ਦੱਸਦੀ ਆ। ਸੱਚੀ ਮਾਰਿਆ? ਮਾਰ ਗਏ ਆ ਲੈ।
ਚੱਲ ਉੱਠ, ਕੀ ਡਈ ਆ ਕਰਨ? ਮੰਮੀ ਹਾਏ, ਮੇਰਾ ਪੁੱਤ! ਹਾਏ ਜੀ, ਮੇਰਾ ਸਮਾਨ! ਹਾਏ ਮੇਰੀ ਠੰਡ! ਹਾਏ ਮੈਨੂੰ ਠੰਡ ਪੈ ਗਈ! ਹਾਏ ਮੇਰੀ ਆਂਦਰਾ! ਮੰਮਾ ਸਦ ਕੇ ਜਾਵਾਂ! ਹਾਏ ਪੁੱਤ! ਅੱਖਾਂ 'ਚ ਮੱਥਰੂ ਆ ਗਏ! ਕੋਈ ਨੀ, ਹੁਣ ਹੱਟ ਗਈ ਹੈ, ਮੇਰੇ ਜੀ ਇਕੱਠੇ ਹੋ ਗਏ, ਮੇਰੇ ਸਾਰੇ ਦੁੱਖ ਦੂਰ ਹੋ ਗਏ, ਤੁਸੀਂ ਆਰਾਮ ਕਰੋ। ਇੱਥੇ ਬੈਠੋ, ਮੈਂ ਕੁਰਸੀਆਂ ਲਿਆਵਾਂ। ਆਪਣੇ
ਤੁਸੀਂ ਆਰਾਮ ਕਰ ਲਓ ਤੇ ਨਾ ਵੇਖਾਂ ਹੁਣ ਮਾਵਾਂ ਧੀਆਂ ਦਾ ਮੂੰਹ ਕਿੱਦਾਂ ਭੋਲੀਆਂ ਲੱਗਣ ਡਈਆਂ ਆ। ਕੋਈ ਵੇਖ ਕੇ ਕਹਿ ਹੀ ਨਹੀਂ ਸਕਦਾ ਕਿ ਇਹ ਉਹੀ ਆ ਜਿਹੜੀਆਂ ਇੰਨੀਆਂ ਚਲਾਕੀਆਂ ਕਰਦੀਆਂ ਰਹੀਆਂ, ਇੰਨੇ ਝੂਠ ਬੋਲਦੀਆਂ ਰਹੀਆਂ। ਹੁਣ ਵੀ ਤਾਂ ਸੁਧਰੀਆਂ ਹੀ ਆ, ਅਤੇ ਜੇ ਕਿਤੇ ਪਹਿਲਾਂ ਹੀ ਸੁਧਰ ਜਾਂਦੀਆਂ ਤਾਂ ਇੰਨਾ ਕੁਛ ਤਾਂ ਨਾ ਹੁੰਦਾ, ਇੰਨੇ ਖਿਲਾਰੇ ਤਾਂ ਨਾ ਪੈਂਦੇ।